ਜੀ ਵੱਲੋਂ, ਸਾਰੇ ਮੈਂਬਰ ਸਾਹਿਬਾਨ, ਸਮੁੱਚੇ ਪ੍ਰਸ਼ਾਸਨ ਵੱਲੋਂ, ਸਮੁੱਚੇ ਖਾਲਸਾ ਪੰਥ ਨੂੰ, ਵਿਸ਼ਵ ਵਿੱਚ ਵਸਣ ਵਾਲੇ ਹਰ ਗੁਰੂ ਨਾਨਕ ਨਾਮ ਲਿਖਿਆ ਮਾਈ ਭਾਈ ਨੂੰ ਸਭ ਤੋਂ ਪਹਿਲਾਂ ਫਿਰ ਬੁਲਾਉਂਦਾ ਹੋਇਆ ਅੱਜ ਦੇ ਦਿਨ ਦੀ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕ੍ਰਾਂਤੀਕਾਰੀ ਕਾਫਲਾ ਚਲਾ ਜਾ ਰਿਹਾ, ਉਹਦੀ ਵਿਘਨ ਪਾਉਣ ਦਾ ਹਮੇਸ਼ਾ ਯਤਨ ਕੀਤਾ ਜਾ ਰਿਹਾ। ਮੇਰੀ ਸਭ ਨੂੰ ਅਪੀਲ ਹੈ ਕਿ ਜੇ ਵਾਕਿਆ ਹੀ ਆਪਾਂ ਗੁਰੂ ਕੇ ਸਿੱਖ ਹਾਂ, ਤਾਂ ਫਿਰ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਕਿਹਾ, ਤਾਨ ਮਾਨ ਧਨ ਸਭ ਸੌਂ ਗੁਰੂ ਕੋ ਹੁਕਮ ਨੇ ਪਾਈ, ਆਪਣੀ ਹਉਮੇ ਆਪਣਾ ਹੰਕਾਰ ਆਪਣੀ ਰਾਜਨੀਤਿਕ ਜੋ ਇੱਛਾ ਹੈ ਉਹਨੂੰ ਲਾਂਭੇ ਕਰਕੇ ਗੁਰੂ ਕੇ ਸਿੱਖ ਬਣ ਕੇ ਜਿੱਦਾਂ ਸਿੰਘ ਸਾਹਿਬ ਕਹਿ ਕੇ ਗਏ ਨੇ, ਹੋਏ ਕਿੱਤਣ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਈ। ਆਓ ਜੋ ਅੱਜ ਪੰਥ ਦੇ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਨੂੰ ਮਿਲ ਬੈਠ ਕੇ ਸਮਝੀਏ ਔਰ ਸੁਲਝਾਈਏ, ਤਾਂ ਜੋ ਸਾਡਾ ਨਿਆਰਾ ਰੂਪ, ਸਾਡਾ ਨਿਆਰਾ ਇਤਿਹਾਸ, ਸਾਡੀ ਨਿਆਰੀ ਫਿਲੋਸਫੀ, ਸਾਡੇ ਨਿਆਰੇ ਸਿਧਾਂਤ ਉਹ ਸਾਰੇ ਸੰਸਾਰ ਦੇ ਆਪਾਂ ਉਜਾਗਰ ਕਰ ਸਕੀਏ। ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਹਾਰਦਿਕ ਵਧਾਈ ਦਿੰਦਾ।